ਡੈਡੀ ਜੀ ਘਰ ਮੁੰਡੇ ਵਾਲੇ ਆ ਗਏ। ਮੁੰਡਾ ਕਾਨੂੰਗ ਲੱਗਾ ਹੋਇਆ ਪਟਵਾਰੀ ਤੋਂ ਤਾਂ ਹੀ ਹੁੰਦਾ ਕਹਿੰਦੇ। ਉਹ ਪ੍ਰਾਪਰ ਕਿਹੜੇ ਹੁੰਦੇ ਆ ਜੀ, ਜਦੋਂ ਕੋਈ ਅੰਬਾਂ ਦੀ ਪੇਟੀ ਦੇ ਕੇ ਜਾਂਦਾ ਨਾ ਤਾਂ ਉਹ ਪਟਵਾਰੀ ਦੀ ਮਰਜ਼ੀ ਹੁੰਦੀ ਹੈ ਵੀ ਉਹਦੇ ਚੋਂ ਕਾਨੂੰਗ ਨੂੰ ਇੱਕ ਅੰਬ ਦੇਣਾ ਜਾਂ ਦੋ। ਨਾਲੇ ਕਾਨੂੰਗ ਨੂੰ ਤਾਂ ਕੋਲੇ ਖੜੇ ਨੂੰ ਕਹਿੰਦੇ ਵੀ ਤੂੰ ਇੱਥੇ ਅੰਬ ਲੈਣਾ ਹੈ। ਤੇਰਾ ਪੁੱਤ ਕਾਨੂੰਗ ਲੱਗ ਗਿਆ ਅੰਮੀ। ਜਦੋਂ ਤੁਸੀਂ ਮੈਨੂੰ ਪਹਿਲੀ ਵਾਰੀ ਉੱਥੇ ਬਾਜ਼ਾਰ ਦੇਖਣ ਆਏ ਸੀ ਤੁਸੀਂ ਮੈਨੂੰ ਚੰਗੇ ਬਹੁਤ ਲੱਗੇ ਸੀ। ਮੈਂ ਵੀ ਉਦਣੇ ਸੋਚ ਲਿਆ ਸੀ ਵੀ ਜਸਪਾਲ ਸਿੰਘ ਸਰਦਾਰ ਨਹੀਂ ਤਾਂ ਤੇਰੀ ਇਹੀ ਬਣੂਗੀ। ਇਸ਼ਕ ਜਾ ਹੋ ਗਿਆ ਲੱਗਦਾ ਏ, ਚੈਨ ਸਾਡਾ ਖੋ ਗਿਆ ਲੱਗਦਾ ਏ, ਪਹਿਲੀ ਕੁੜੀ ਤਾਂ ਬਹੁਤ ਪਸੰਦ ਆ ਜੀ। ਸੁਖਨਾ ਘਰ ਚੰਗਾ ਤੇ ਕੁੜੀ ਸਰਕਾਰੀ ਨੌਕਰੀ ਕਰਦੀ ਹੈ ਸਾਡੇ ਵੱਲੋਂ ਤਾਂ ਹਾਂ। ਇਸ਼ਕ ਜਾ ਹੋ ਗਿਆ ਲੱਗਦਾ ਏ। ਤੇ ਕਾਕਾ ਜੀ ਮੁੰਡਾ ਕਾਨੂੰ ਕੋ ਲੱਗਿਆ? ਜੇ ਪਟਵਾਰੀ ਲੱਗਿਆ ਹੁੰਦਾ ਐ ਲੋਕਾਂ ਦੇ ਪੈਰਾਂ 'ਚ ਨਾ ਵੇਚਦਾ ਫਿਰਦਾ। ਮੁੰਡਾ ਸਾਡਾ ਅਫਸਰ ਲੱਗਿਆ। ਲੈ ਆ ਕਾਨੂੰ ਕੋ ਨੂੰ ਅਫਸਰ ਦੱਸੀ ਜਾਂਦਾ। ਤੁਸੀਂ ਕਿਸੇ ਤਰ੍ਹਾਂ ਪਟਵਾਰੀ ਨਹੀਂ ਲੱਗ ਸਕਦੇ? ਕਾਨੂੰ ਕੋ ਦੀ ਗੱਲ ਕਰਦਾ ਪਟਵਾਰੀ ਤਾਂ ਪਟਵਾਰੀ ਹੈ। ਗੁੱਡ ਮਾਰਨਿੰਗ ਬਈ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ। ਅੱਜ ਬੱਚੇ ਜਮਾ ਪੂਰੇ ਆਏ ਨੇ। ਦੁਨੀਆਂ ਦੇ ਤਾਂ ਪੂਰੇ ਹੀ ਹੈ ਜੀ, ਬਸ ਆਪਣੇ ਦੋ ਤਿੰਨ ਹੋਣ ਵਾਲੇ ਰਹਿੰਦੇ ਆ। ਹਾਂਜੀ ਫੋਟੋ ਖਿੱਚਣੀ ਗਵਾਂਢਣੇ ਤੇ ਕੋਈ ਖੰਗੂ ਰੱਖ ਘਰ ਨਹੀਂ ਮਾਰ ਕੇ ਆਈਦਾ ਹੁੰਦਾ ਹੁਣ ਕੀ ਫਾਇਦਾ? ਕਦੇ ਕੋਈ ਵਿਆਹ ਨਹੀਂ ਦੇਖਿਆ ਚਾਚੀ? ਮੈਂ ਕਿੱਥੇ ਵਿਆਹ ਦੇਖੇ ਨੇ। ਜਦੋਂ ਬੇਬੇ ਬਾਪੂ ਦਾ ਵਿਆਹ ਹੋਇਆ ਨਾ ਮੈਨੂੰ ਲੱਗਦਾ ਮੇਰੇ ਅੱਠਵੀਂ ਦੇ ਇਮਤਿਹਾਨ ਚੱਲਦੇ ਸੀ। ਕਿਵੇਂ ਚੱਲਦੀ ਆ? ਦਿਨੇ ਕਲਾਸ ਚ ਮੁਰਗੇ ਬਣਾ ਲਈਦੇ ਆ ਤੇ ਰਾਤ ਨੂੰ ਪਤੀਲੇ ਚ। ਪਟਵਾਰੀ ਤਾਂ ਮੱਝ ਦੇ ਥਾਪੀ ਮਾਰ ਦੇਣ, 2 ਕਿਲੋ ਦੁੱਧ ਤੇ 5 ਕਿਲੋ ਗੋਹਾ ਵੱਧ ਦਿੰਦੀ ਹੈ। ਕਾਨੂੰ ਗੋਦੀ ਗੱਲ ਕਰਦਾ ਪਟਵਾਰੀ ਤਾਂ ਪਟਵਾਰੀ ਹੈ। ਚੁੱਕ ਚੁੱਕ ਸਲਾਮਾਂ ਤਾਂ ਬੇਈਮਾਨੀ ਦੀ ਕਮਾਈ ਨੂੰ ਨੇ, ਇਮਾਨਦਾਰ ਬੰਦੇ ਦੀ ਹਰੇਕ ਇੱਜ਼ਤ ਕਰਦਾ ਤੇ ਗੱਲ ਲਾ ਕੇ ਮਿਲਦਾ। ਠੀਕ ਹੈ ਫਿਰ ਗੱਲ ਲੱਗੋ ਤੇ ਜਾਓ। ਆਪਾਂ ਵੀ ਰਸੂਲੀ ਬੰਦੇ ਹਾਂ, ਜਿਹੜਾ ਤਾਂ ਆਪਾਂ ਨੂੰ ਪਲਾ ਦੇ ਦੇਸੀ ਉਹ ਤਾਂ ਆਪਣਾ ਭਰਾ, ਤੇ ਜਿਹੜਾ ਪਲਾ ਦੇ ਬਿਸ਼ਕੀ ਉਹ ਸਮਝ ਲੈ ਫਿਰ ਆਪਣਾ ਪਿਓ। ਡੈਡੀ ਜੀ ਮੈਂ ਕਹਿੰਦਾ 4 ਅੰਡਿਆਂ ਦੀ ਭੁਰਜੀ ਵੀ ਹੁਣ ਮੰਗਾ ਹੀ ਲਓ। ਬਾਈ ਜੀ ਵਾਸਤੇ 6 ਅੰਡਿਆਂ ਦੀ ਭੁਰਜੀ।